ਫੈਕਟਾ ਜੀ ਤੁਹਾਡਾ ਸਵਾਗਤ ਹੈ ਜੀ। ਮੈਂ ਹਾਂ ਸੁਖਵਿੰਦਰ ਕੋਟੜੀ। ਅੱਜ ਸਾਡੇ ਨਾਲ ਜੁੜੇ ਨੇ ਸੀਤਾ ਰਾਮ ਜੀ, ਜੋ ਕਿ ਮਹਿਮਦਪੁਰ ਬਲਾਕ ਤੋਂ ਨੇ, ਡੇਰੇ ਸੱਚੇ ਸੌਦੇ ਦੇ 1995 ਤੋਂ ਜੁੜੇ ਹੋਏ ਨੇ। ਕੀ ਜ਼ਿੰਦਗੀ 'ਚ ਬਦਲਾਏ ਜਾਣਦੇ ਉਹਨਾਂ ਜਵਾਨੀ? ਸਤਿ ਸ਼੍ਰੀ ਅਕਾਲ ਜੀ ਸੀਤਾ ਰਾਮ ਜੀ। ਸਤਿ ਸ਼੍ਰੀ ਅਕਾਲ। ਹੋਰ ਜੀ, ਠੀਕ ਠਾਕ ਹੋ? ਹਾਂ, ਠੀਕ ਠਾਕ। ਬਾਈ ਜੀ, ਕਿਹੜਾ ਬਲੋਕ ਹੈ ਤੁਹਾਡਾ? ਮਾਰਾ ਬਲੋਕ ਤੋਂ ਜੀ ਮਹਿਮਦਪੁਰ ਰੋਹੀ ਹੈ। ਮਹਿਮਦਪੁਰ ਰੋਹੀ ਤੁਹਾਡਾ ਬਲੋਕ ਜਿਹੜਾ ਹੈਗਾ। ਡੇਰੇ ਸੱਚੇ ਸੌਦੇ ਨਾਲ ਕਦੋਂ ਜੁੜੇ ਹੋਏ? ਹਮ ਜੀ ਡੇਰੇ ਸੱਚੇ ਸੌਦੇ ਸੇ 93 ਸੇ ਹਮ ਡੇਰੇ ਸੱਚੇ ਸੌਦੇ ਸੇ ਜੁੜੇ ਹੋਏ ਹੈਂ, ਔਰ ਤਬ ਸੇ ਲੈ ਕੇ ਆਜ ਤੱਕ ਜੁੜੇ ਰਹੇ ਹੋ? ਹਾਂ, ਜੁੜੇ ਹੋ। ਕਿਆ ਐਸਾ ਡੇਰੇ ਜੁੜਨੇ ਜੋ ਆਪ ਆਜ ਤੱਕ ਜੁੜੇ ਹੋਏ ਹੋ? ਯਹਾਂ ਪਰ ਜੀ ਕੋਈ ਵੀ ਜਾਤ ਮਜ਼ਹਬ ਔਰ ਕਿਸੀ ਵੀ ਪਖੰਡਵਾਦ ਕੋ ਤਵਜੋ ਨਹੀਂ ਦੀ ਜਾਤੀ ਜੀ, ਔਰ ਸਭ ਕੋ ਸਮਾਨ ਰੂਪ ਸੇ ਇੱਕ ਐਸਾ ਹੀ ਪਲੇਟਫਾਰਮ ਹੈ ਜਿਸ ਮੇਂ ਸਭ ਕੋ ਸਮਾਨ ਰੂਪ ਸੇ ਦੇਖਾ ਜਾਤਾ ਹੈ, ਔਰ ਅੱਛੀ ਸ਼ਿਕਸ਼ਾ ਬੜੀਆਂ ਸ਼ਿਕਸ਼ਾ ਦੀ ਜਾਤੀ ਹੈ, ਔਰ ਸੱਚਾਈ ਪਰ ਚੱਲਣੇ ਕੇ ਲੀਏ ਹਰੇਕ ਬੰਦੇ ਕੋ ਵਿਸ਼ਵਾਸ ਦਿਲਾਇਆ ਜਾਤਾ ਹੈ, ਔਰ ਅੱਛੇ ਸੇ ਅੱਛੀ ਮਤਲਬ ਜ਼ਿੰਦਗੀ ਜੀਣੇ ਕੇ ਲੀਏ ਜੀ ਮਨੁਸ਼ਯ ਕੋ ਪ੍ਰੇਰਿਤ ਕੀਆ ਜਾਤਾ ਹੈ ਜੀ। ਮਨੁਸ਼ਯ ਕੋ ਪ੍ਰੇਰਿਤ ਕੀਆ ਜਾਤਾ ਹੈ, ਅੱਛੀ ਸ਼ਿਕਸ਼ਾ ਦੀ ਜਾਤੀ ਹੈ, ਬਾਵਜੂਦ ਇਸਕੇ ਗੁਰੂ ਜੀ ਪੇ ਆਪ ਬਹੁਤ ਗੰਭੀਰ ਜੋ ਆਰੋਪ ਲਗੇ ਹੋਏ ਹੈ ਉਨਕੇ ਬਾਰੇ ਮੈਂ ਆਪ ਕਿਆ ਕਹੇਂਗੇ? ਇਸੀ ਤਰ੍ਹਾਂ ਵੈਸੇ ਤੋ ਜੋ ਜਾਣਕਾਰ ਲੋਕ ਹੈ ਉਨਕੋ ਸਭ ਕੋ ਲਗਭਗ ਮਾਲੂਮ ਪੜੀ ਗਿਆ ਹੈ ਕਿ ਇਸਮੇ ਬਹੁਤ ਬੜੀ ਸਾਜਿਸ਼ ਗੁਰੂ ਜੀ ਕੇ ਸਾਥ ਹੋਈ ਹੈ, ਔਰ ਉਸੀ ਸਾਜਿਸ਼ ਕੇ ਸ਼ਿਕਾਰ ਹੋਏ ਹੈ ਸਭੀ, ਤੋ ਉਸਕੇ ਅੰਦਰ ਮੀਡੀਆ ਕਾ ਵੀ ਬਹੁਤ ਅੱਛਾ ਰੋਲ ਰਹਿਣ ਨਹੀਂ ਰਹਾ, ਔਰ ਕੁਛ ਜੁਡੀਸ਼ਰੀ ਕੇ ਅੰਦਰ ਵੀ ਕਾਨੂੰਨ ਕੇ ਅੰਦਰ ਵੀ ਕੁਛ ਐਸੇ ਤੱਥਿਆ ਥੇ ਜੋ ਮਤਲਬ ਛੁਪਾਏ ਗਏ, ਅੱਗੇ ਬਤਾਏ ਨਹੀਂ ਗਏ, ਕੋਰਟ ਕੋ ਵੀ ਗੁਮਰਾਹ ਕੀਆ ਗਿਆ, ਔਰ ਇਸੀ ਕਾਰਨ ਸੇ ਗੁਰੂ ਜੀ ਅੰਦਰ ਗਏ ਹੈ। ਉਨਕੇ ਤੋ ਭਗਤੋਂ ਕੇ ਬਾਰੇ ਮੇਂ ਵੀ ਲੋਕ ਗਵਾਹੀਆਂ ਦੇਣ ਕੇ ਲੀਏ ਤਿਆਰ ਹੈ, ਉਨਮੇਂ ਵੀ ਐਸੀ ਕੋਈ ਬੁਰਾਈ ਨਹੀਂ ਹੈ ਜੇ ਜੋ ਇਲਜ਼ਾਮ ਉਨ ਪਰ ਲਗੇ ਹੋਏ। ਆਪਣੇ ਕਿਹਾ ਵੀ ਸਰਕਾਰ ਕੋ ਵੀ ਜੋ ਗੁਮਰਾਹ ਕੀਆ ਗਿਆ ਹੈ, ਕੋਈ ਜੁਡੀਸ਼ਲ ਕੋ ਵੀ ਗੁਮਰਾਹ ਕੀਆ ਗਿਆ ਹੈ, ਇਹ ਸਭੀ ਜਿਨਕੇ ਕਾਰਨ ਗੁਰੂ ਜੀ ਅੱਜ ਹਮਾਰੇ ਜੇਲ੍ਹ ਮੇਂ ਹੈ, ਤੋ ਗੁਰੂ ਜੀ ਕੇ ਜਾਣੇ ਕੇ ਬਾਅਦ ਕੋਈ ਸਮਾਜ ਮੇਂ ਕਿਆ ਜੋ ਸਮਾਜ ਕਾ ਕੋਈ ਨੁਕਸਾਨ ਹੁਆ ਹੋ ਜਾਂ ਕੋਈ ਫਾਇਦਾ ਹੁਆ ਹੋ? ਗੁਰੂ ਜੀ ਕੇ ਜਾਣੇ ਕੇ ਬਾਅਦ ਮੇਂ ਸਮਾਜ ਮੇਂ ਬਹੁਤ ਬੜਾ ਨੁਕਸਾਨ ਹੁਆ ਹੈ, ਔਰ ਜੋ ਲੋਕ ਨਸ਼ਾ ਛੋੜਨੇ ਕੇ ਲੀਏ ਜੋ ਆ ਰਹੇ ਥੇ, ਔਰ ਜੋ ਸਮਾਜ ਮੇਂ ਇੱਕ ਅੱਛੀ ਮੁਹਿੰਮ ਚੱਲ ਰਹੀ ਥੀ, ਉਨਮੇਂ ਕਹੀਂ ਨਾ ਕਹੀਂ ਰੁਕਾਵਟ ਦੇਖਣੇ ਕੋ ਮਿਲੀ ਹੈ। ਹਮਾਰੇ ਆਸ ਪਾਸ ਕੇ ਗਾਓ ਮੇਂ ਯੇ ਨਸ਼ਾ ਚਿੱਟਾ ਵਗੈਰਾ ਇਸਕਾ ਬਹੁਤ ਜ਼ਿਆਦਾ ਤਿੰਨ ਸਾਢੇ ਤਿੰਨ ਸਾਲੋਂ ਮੇਂ ਬਹੁਤ ਜ਼ਿਆਦਾ ਤੇਜ਼ੀ ਸੇ ਯੇ ਫੈਲਾ ਹੈ, ਔਰ ਕਾਫੀ ਹੱਦ ਤੱਕ ਇਸਮੇਂ ਮਤਲਬ ਜੋ ਵੀ ਨਸ਼ਾ ਮਾਫੀਆ ਵਗੈਰਾ ਹੈ ਉਨਕੀ ਵੀ ਸਾਜਿਸ਼ ਥੀ ਕਿ ਅਗਰ ਗੁਰੂ ਜੀ ਅੰਦਰ ਚਲੇ ਜਾਏਗੇ ਤੋ ਹਮਾਰੇ ਕੋ ਯੇ ਸਭ ਫੈਲਾਣੇ ਕਾ ਮੌਕਾ ਮਿਲ ਜਾਏਗਾ, ਫੈਲਾਣੇ ਕਾ ਜੋ ਮੌਕਾ ਮਿਲ ਜਾਏਗਾ। ਤੋ ਆਜ ਜੋ ਗੁਰੂ ਜੀ ਹੈ ਹਮਾਰੇ ਵਿੱਚ ਮੇਂ ਮੌਜੂਦ ਨਹੀਂ ਹੈ, ਸਰਕਾਰ ਕੋ ਆਪ ਕੋਈ ਅਪੀਲ ਕਰਨਾ ਚਾਹੇਂਗੇ? ਕਿਆ ਕਹਿਣਾ ਚਾਹੇਂਗੇ ਆਪਣੀ ਤਰਫ ਸੇ? ਸਰਕਾਰ ਸੇ ਹਮ ਯਹੀ ਅਪੀਲ ਕਰਨਾ ਚਾਹਤੇ ਹੈ ਕਿ ਅਗਰ ਥੋੜ੍ਹੀ ਸੀ ਵੀ ਕਿਸੀ ਕੇ ਅੰਦਰ ਇਨਸਾਨੀਅਤ ਹੈ ਯਾ ਇਨਸਾਨੀਅਤ ਸੇ ਪ੍ਰੇਮ ਕਰਨੇ ਵਾਲੇ ਜੋ ਲੋਕ ਹੈ ਵੋ ਆਪਣੇ ਦਿਲ ਸੇ ਆਪਣੇ ਜ਼ਮੀਰ ਸੇ ਇਨ ਸਭੀ ਕੇਸੋਂ ਕੀ ਔਰ ਇਨਕੀ ਬਾਰੀਕੀਓ ਸੇ ਜਾਂਚ ਕਰਵਾਏ, ਇਨਮੇਂ ਕੌਣ ਕੌਣ ਸ਼ਾਮਿਲ ਹੈ, ਕਿਸ ਕਿਸ ਨੇ ਸਾਜਿਸ਼ ਰਚੀ ਹੈ, ਔਰ ਜਬ ਆਪ ਦੁੱਧ ਕਾ ਦੁੱਧ ਪਾਣੀ ਕਾ ਪਾਣੀ ਕਰਵਾਓਗੇ ਤੋ ਲੋਕ ਵੀ ਆਪਕੋ ਮਤਲਬ ਮਾਨੇਂਗੇ ਬਈ ਵਾਕਈ ਹੀ ਕੋਈ ਐਸੀ ਸਰਕਾਰ ਹੈ ਜੋ ਮਤਲਬ ਸੱਚਾਈ ਕਾ ਸਾਥ ਦੇਣੇ ਕੇ ਲੀਏ ਤਿਆਰ ਹੈ। ਸੀਤਾਰਾਮ ਜੀ, ਆਪਣੇ ਬਹੁਤ ਹੀ ਅੱਛੇ ਤਰੀਕੇ ਸੇ ਹਮੇਂ ਇਹ ਸਭ ਕੁਛ ਪਤਾ ਆਇਆ, ਜੋ ਕੁਛ ਲੋਕ ਐਸੇ ਥੇ ਜਿਨਕੋ ਡੇਰੇ ਕੇ ਬਾਰੇ ਮੇਂ ਨਹੀਂ ਪਤਾ ਥਾ, ਆਪਣੇ ਪੂਰਵ ਜੋ ਹੈ ਬਹੁਤ ਅੱਛੀ ਜਾਣਕਾਰੀ ਦੀ ਵੀ ਜੋ ਸਰਕਾਰ ਕੋ ਵੀ ਕਹੀਂ ਨਾ ਕਹੀਂ ਜੋ ਅਸਲੀ ਤੱਥੇ ਥੇ ਵੋ ਛੁਪਾਏ ਗਏ ਸਰਕਾਰ ਸੇ, ਕੋਰਟ ਸੇ ਵੀ ਅਸਲੀ ਜੋ ਤੱਥੇ ਥੇ ਵੋ ਛੁਪਾਏ ਗਏ। ਸੋ ਆਪਣੇ ਹਮੇਂ ਸਮੇਂ ਦੀਆ ਸੀਤਾਰਾਮ ਜੀ, ਹਮ ਆਪਕਾ ਬਹੁਤ ਬਹੁਤ ਧੰਨਵਾਦ ਕਰਦੇ ਹੈ। ਸੋ ਆਪ ਦੇਖਦੇ ਰਹੀਏ ਦਾ ਫੈਕਟ ਆਈਜ਼। ਮੈਂ ਸੁਖਵਿੰਦਰ ਕੋਟਲੀ, ਭਾਈ ਮੱਖਣ ਸ਼ਰਮਾ ਕੇ ਸਾਥ, ਧੰਨਵਾਦ।